औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं अतमाद टीवी और मैं हूँ आपका दोस्त मंजूर अहमद। दोस्तों की खिदमत में हाजिर हो भाई मोहम्मद जफर भाई का नाम है, चक नंबर 404 गाह बे चनार शुगर मिल तांदलियां वाला। बिल्कुल चनार शुगर मिल तो तकरीबन 2 तो 3 मुरबे सिर्फ इन्होंने नाल ही जमीन है, हवेली है जिथे इन्हों का डेरा है। जानवरों की वीडियो बना रहे माशाल्लाह, पहले भी वीडियो बनती है, अज 4 जानवरों की वीडियो है। बाकी गल्ला बता भाई सफर के को इंशाल्लाह नाल ही पूछने, नंबर है अपना दस दिन। वीडियो ने शुरू तो एंड तक देखना और दोस्तों अपने इस चैनल को करना है खुद भी सबसक्राइब, तो दोस्तों के नाल वीडियो खुद शेयर भी करना है, लाइक भी करना है, कमेंट भी करना। नंबर भाई जफर अपना दसो जी। 0347-025-3152 ये व्हाट्सएप लोकल नंबर जी। 0345-72-74-404 ये व्हाट्सएप का नंबर। सही हो गया, केड़ी ज्योति पहले नंबर ते दिखाने? पहले नंबर ते आ ज्योति ला ले। ठीक है जी, दिखाओ पहले नंबर ते ज्योति, बोलो जी डिटेल है दी। ए भाई मंजूर, तकरीबन ज्योति नु पूरा महीना हो गया सुई नु। अच्छा, लैन देन तो किस्मत बरात दी गल्लां जी। नीर हुंदा मेरे रब दी जात कोल। बिल्कुल जी। ते और अगर नीर रब इनू दित्ता बहु है। सही है जी। हां एक... और काद बहुत तलुके से पास जोटी थुड़की हुई ते गाल का एक महीने दी सुई हुई है। हां पूरे महीने दी सुई। थल्ले बच्चा की है जी? बच्चा कट्टा कट्टा थल्ले। हां ਜੋਟੀ ਵਾਲੇ ਇੱਕ ਇਕਰਾਰ ਬੋਲਣ ਆਗਾ ਲੈਣ ਦੇਣ ਕਿਸਮਤ ਬਰਾਤ ਦੀ ਗੱਲਾਂ। ਸਹੀ ਹੋ ਗਿਆ ਜੀ, ਕੱਟਾ ਥੱਲੇ ਜੀ, 1 ਮਹੀਨੇ ਦੀ ਸੂਈ ਹੋਈ ਹੈ। ਪਹਿਲਣ ਸੂਈ ਹੈ? ਪਹਿਲਣ 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 ਸੂਈ ਹੈ। ਤੇ ਕਿਹੜੇ ਇਲਾਕੇ ਕਿਹੜੇ ਦੀ? ਨੀਲੀ ਤੇ ਰਾਵੀ ਕ੍ਰਾਸ। ਨੀਲੀ ਰਾਵੀ ਕ੍ਰਾਸ ਤੋਂ ਨੀਲੀ ਰਾਵੀ ਕ੍ਰਾਸ ਇਲਾਕੇ ਦੀ ਹੈ। ਛੱਡ ਕੇ ਟੁਰ ਹਾਂ ਬਾਈ ਇਹਨੂੰ। ਮੂੰਹ ਦੀ ਕਿਸ ਤਰ੍ਹਾਂ ਹੈ? ਅਸੀਲ ਸ਼ਰਾਫ ਹੈ ਤੇ ਵੈਸੇ ਆਪਣਾ ਮੂੰਹ ਪੂਰੀ ਹੈ ਕਿ ਪੂਰੀ ਚੌਗੀ ਉਸੇ ਨੂੰ। ਠੀਕ ਹੋ ਗਿਆ ਜੀ, 1 ਮਹੀਨੇ ਦੀ ਸੂਈ ਹੋਈ। ਅਬ ਕਿੰਨੀ ਇਹਦੇ ਕੋਲ ਵੈਸੇ ਪੱਕਾ ਜਿਹੜਾ ਚੁਆਈ ਕਰਵਾ ਕੇ ਕਿੰਨਾ ਦੁੱਧ ਦੇ? ਇਹ ਬੱਚਾ ਬੱਚਾ ਇਹ ਕੱਟਾ 200 ਥੱਲੇ। ਬਿਲਕੁਲ ਤਕਰੀਬਨ ਰਾਉਂਡ ਬਾਉਂਡ ਮਹੀਨੇ ਤੇ ਕੋਈ ਚੰਦ ਦਿਨਾਂ ਦਾ ਹੀ ਹੈ ਫਰਕ ਜੀ। ਨਹੀਂ ਨਹੀਂ ਅੱਲਾ ਮਾਫੀ ਦਾ, ਪਕੂੜ ਝੂਠ ਨਹੀਂ ਮਾਰਨਾ ਮੇਰੇ ਤੋਂ ਜਿਹੜਾ ਨਾ ਮਨਜ਼ੂਰ ਜੀ ਪੱਕਾ ਸਾਰੀ ਮਾਛੋਂ ਮੈਂ ਜੀ 15 ਤੋਂ 16 ਲੀਟਰ ਦੁੱਧ ਚੋਟੀ ਕੋਲ ਚੁਆਈ ਕਰਵਾ ਕੇ ਦੇਖੋ। ਚੁਆਈ ਕਰਵਾ ਕੇ ਲਾ ਮੇਰੇ ਤੋਂ ਕੰਮ ਨਾ ਦਿਸਾਂ। ਅੱਛਾ, ਤੇ ਜੇ ਅਗਰ ਬੱਚੇ ਨੂੰ ਛੱਡੇ ਨਾ? ਅੱਛਾ ਹੈ ਜੀ, ਜਿਹੜਾ ਪੱਕਾ ਠੱਡਾ ਦੋ 13 ਗੱਡੀਆਂ ਪਰ ਚੁਆ ਕੇ ਦਿਸਾਂ। ਦੋਨਾਂ ਟਾਈਮਾਂ ਦਾ 13 ਕਿਲੋ ਬੱਚੇ ਤੋਂ ਇਲਾਵਾ ਬੱਚੇ ਨੂੰ ਇੱਕ ਥਾਂ ਨਹੀਂ ਦੋ ਥਾਂ? ਇੱਕ ਤਿੰਨ ਥਾਂ ਇੱਕ ਥਾਂ ਬੱਚੇ ਛੱਡ ਕੇ। ਅੱਛਾ, ਇੱਕ ਥਾਂ ਬੱਚੇ ਛੱਡ ਕੇ ਤਿੰਨਾਂ ਥਾਂਾਂ ਦਾ 13 ਕਿਲੋ। 13 ਕਿਲੋ ਅੱਲਾ ਦੋ ਦੋਨਾਂ ਟਾਈਮਾਂ ਦਾ ਚੁਆਈ ਕਰਵਾ ਕੇ ਦੇਸੋ ਇਨਸ਼ਾਅੱਲਾ ਤਾਲਾ। ਥਣਾ ਦੇ ਸਾਫ ਟੱਟਾ ਫਾਰਾ ਗਿਲਟੀ ਮਰੋੜੀ ਡੁੱਕੇ ਡੁੱਕੇ ਜਿਹੜਾ ਚਵਾ ਐਸੀ ਦੀ ਤੁਹਾਡੀ ਗਾਰੰਟੀ ਹੋ ਸੀ। ਅਲਹਮਦੁਲਿਲਾ ਅਲਹਮਦੁਲਿਲਾ ਨਰਮ ਚਵਾ ਪੋਲਾ ਪੋਲਾ ਬੱਚਾ ਚੋਈ ਰੱਖੇ। ਸਹੀ ਹੋ ਗਿਆ, ਚਵਾਈ ਦੀ ਵੈਸੇ ਅਸੀਲ ਸ਼ਰਾਫ ਹੈ। ਬਿਲਕੁਲ ਜੀ, ਬੋਲੋ ਕੀਮਤ ਹੈ ਦੀ? ਕੀਮਤ ਹੈ ਦੀ ਮਨਜ਼ੂਰ, ਪੱਕੀ ਪੱਕੀ ਗੱਲ ਕਰ ਵੀਡੀਓ ਆਪਣਾ ਜੀ। 2,75,000 ਰੁਪਈਆ। 2,75,000 ਰੁਪਈਆ ਪਹਿਲਾਂ ਜੋਟੀ 1 ਮਹੀਨੇ ਦੀ ਸੂਈ ਹੋਈ ਇਹਦੇ ਚੁਕੀ ਜ਼ਫਰ ਬਈ ਪਿਆਰ ਮੁਹੱਬਤ ਮਹੀਨਾ ਹੋ ਗਿਆ ਸੂਈ ਨੂੰ ਵੀ ਯਕੀਨ ਕਰ ਪੋਲ ਜੋਟੀ ਮੋੜ ਪੁੱਛੇ ਤਾਂ ਬਹੁਤ ਬੇਕੀਮਤੀ ਜੋਟੀ ਹੈ ਹਰ ਬੰਦੇ ਦੀ ਆਪੋ ਆਪ। ਇਸ ਗੱਲ ਦਾ ਤੈਨੂੰ ਵੀ ਪਤਾ ਹੈ ਕਿ ਮਾਸ਼ਾਅੱਲਾ ਡੀਜ਼ਲ ਵੀ ਮਹਿੰਗਾ ਹੋ ਗਿਆ ਤੇ ਕਿਰਾਇਆ ਵੀ ਵੱਧ ਗਿਆ ਨਾ। ਹਾਂ ਬਿਲਕੁਲ ਜੀ, ਇਹ ਚੀਜ਼ਾਂ ਵੇਖ ਕੇ ਤਾਂ ਮੁੜ ਮੱਜੀ ਦਾ ਰੇਟ ਕਿਹੜੇ ਪਾਸ ਜਾਣਾ। ਚਲੋ ਬੋਲੋ ਕੀਮਤ ਪਿਆਰ ਮੁਹੱਬਤ ਕਰਕੇ ਜੋਟੀ ਦਾ ਸ਼ੇਰ ਦਾ ਮੋਲ ਲੈ ਲੱਦ ਬੰਦਿਆ। ਬੋਲ ਕੀਮਤ ਬਾਈ, ਬੋਲ ਮਿੰਟ ਮਾਰ ਪਿਆਰ ਮੁਹੱਬਤ ਕਰਕੇ ਫਾਈਨਲ। 2,70,000 ਰੁਪਏ 5,000 ਛੱਡ ਕੇ 2,70,000 ਕੋ ਮਜ਼ੀਦ ਪਿਆਰ ਮੁਹੱਬਤ ਕਮੀ ਬੇਸ਼ੀ ਕਰਕੇ ਮਨਜ਼ੂਰ ਘਾਟ ਨੇ ਵੇਖ ਲਵੋ ਕੋ ਮਾੜੀ ਮੋਟੀ ਜੋਤੀ ਆਪਣੀ ਬੇਕੀਮਤੀ ਆਪਾਂ ਮੋਲ ਨਹੀਂ ਕੀਤਾ ਕੋਈ ਆਇਆ ਦੋਸਤਾਂ ਦੇ ਨਾਲ ਵਕਤੀ ਦਾ ਅਲਹਮਦੁਲਿਲਾ ਕਦਰ ਰਿਆ ਕਰਸਾ ਜੀ। ਅੱਗੇ ਆ ਦੂਜੇ ਨੰਬਰ ਤੇ ਜੋਟੀ ਦਿਖਾ ਰਹੇ ਨਾ। ਹਾਂ ਜੀ, ਇਹਦੇ ਤੇ ਮਨਜ਼ੂਰ ਬੱਚਾ ਮੋਇਆ ਹੋਇਆ। ਅੱਛਾ, ਝੂਠ ਨਹੀਂ ਮਾਰਨਾ। ਸਹੀ ਹੈ ਜੀ, ਤੇ ਲੇਕਿਨ ਇਹ ਗੱਲ ਅਸੀਂ ਜੋ ਬਟੀਕੇ ਤੇ ਲਾਉਂਦੇ ਆ ਜੀ ਉਹ ਜੋਟੀ ਬਾੜੇ ਤੇ ਮਿਲਦੀ ਹੈ। ਅੱਛਾ, ਇਹ ਇੱਕ ਟਾਈਮ ਟੀਕਾ ਲਾਉਂਦੇ ਜਾਂ ਕਿ ਦੋ ਟਾਈਮ? ਹਾਂਜੀ, ਟੀਕਾ ਇੱਕ ਟਾਈਮ ਲਾਉਂਦੇ ਹੋ ਕਿ ਦੋ ਟਾਈਮ? ਟੀਕਾ ਹਾਂਜੀ, ਟੀਕਾ ਦੋ ਟਾਈਮ, ਦੋਵੇਂ ਟਾਈਮ ਟੀਕੇ ਤੇ ਮਿਲਦੀ ਹੈ। ਦੋਵੇਂ ਟਾਈਮ 10 ਗੱਡੀਆਂ 11 ਜੋਟੀ ਦੇ ਪਚਵਾ ਕੇ ਦੇਣਾ ਟੀਕੇ ਤੇ ਦੋਵਾਂ ਟਾਈਮ ਮਿਲਦੀ ਹੈ ਤੇ ਚਲੋ ਬੜੀ ਅੱਛੀ ਗੱਲ ਹੈ। ਜਿਹੜਾ ਬਾਈ ਜ਼ਫਰ ਆਪਣਾ ਝੂਠ ਨਹੀਂ ਬੋਲ ਰਿਹਾ, ਹਾਲਾਂਕਿ ਕਹਿ ਸਕਦੇ ਹਾਂ ਜੀ ਕਿ ਨਹੀਂ ਜੀ ਅਸੀਂ ਲੈ ਤੇ ਬੜ ਜੋਟੀ ਮਿਲਦੀ ਹੈ, ਮੇਰੇ ਕੋਲ ਇਤਨਾ ਟਾਈਮ ਨਹੀਂ ਹੁੰਦਾ। ਸਹੀ, ਦੋਵਾਂ ਟਾਈਮ ਅਗਰ ਕੋ ਦੋਸਤ ਖੁਰਾਕ ਵੰਡਾ ਜਾਂ ਚੰਡਾ ਪਾ ਕੇ ਤੈਨੂੰ ਬਾੜੇ ਤੇ ਲਾਉਣਾ ਚਾਵੇ ਤੇ ਲੱਗ ਵੀ ਜਾਂਦੀ ਹੈ। ਲੱਗ ਜਾਂਦੀ ਉਹ ਟਾਂਚ ਜੋਟੀ ਬਾੜੇ ਤੇ ਮਿਲਦੀ ਹੈ। ਤੇ ਕਿੰਨੇ ਦਿਨਾਂ ਦੀ ਸੂਈ ਹੋਈ ਹੈ? ਤਕਰੀਬਨ 15-16 ਦਿਨ ਹੋ ਗਏ।
15 ਤੋਂ 16 ਦਿਨ ਸੂਈ ਨਾ ਹੋ ਗਏ ਪੱਕੀ ਗੱਲ ਹੈ ਵੇਖ ਲਿਆ ਜਦੋਂ ਪਰ ਭਾਈ ਯਾਰ ਅੱਲਾ ਮਾਫ ਦੀ ਇਸ ਚੀਜ਼ ਦਾ ਕੋਈ ਸਬੂਤ ਗਰੰਟੀ ਉਹ ਜੇ ਮੇਰੇ ਰੱਬ ਲੈ ਲੈਣੀ ਕੋ ਬੰਦਿਆਂ ਨਾਲ ਲੈਣੀ ਕੋਈ ਸਬੂਤ ਗਰੰਟੀ ਇਸ ਚੀਜ਼ ਦੀ ਮੈਂ ਨਹੀਂ ਬਣਾ ਸਹੀ ਹੋ ਗਿਆ ਜੀ ਕਿੰਨਾ ਦੁੱਧ ਦੱਸਿਆ ਜੀ ਪੱਕਾ ਗੱਡਵੀਆਂ ਦਾ 11 ਗੱਡਵੀਆਂ ਪਛਵਾ ਕੇ 10 ਤੋਂ 11 ਕਿਲੋ ਹੁਣ ਚਾਰਾ ਹੀ ਥਣਾ ਦਾ ਤੇ ਬਿਰਲਾ ਵੇਖ ਚਾਰ ਥਣਾ ਦਾ ਹੀ 10 ਤੋਂ 11 ਕਿਲੋ ਆਦਰ ਮੌਕੇ ਉਹਨ ਜੋ ਰੋਲਾ ਕੋਈ ਨਾ ਅੱਲਾ ਮਾਫੀ ਦੇ ਦੋਏ ਅੱਛਾ ਸੀਲ ਸ਼ਰਾਫਤ ਮਾਸ਼ਾਅੱਲਾ ਵਾਕਿਆ ਹੈ ਤੇ ਪੰਦੀ ਮੈਂ ਬੜ ਚੋਈ ਕਦੀ ਚਲੋ ਬੋਲ ਕੀਮਤ ਹੈ ਦੀ ਕੀਮਤ ਹੈ ਦੀ ਥਣਾ ਦੀ ਸਾਫ ਹੈ ਨਾ ਅਲਹਮਦੁਲਿਲਾ ਛੱਟਾ ਫਾਰੇ ਤੋਂ ਯਾਰ ਛੱਟਾ ਫਾਰਾ ਕੋਈ ਨਹੀਂ ਛੇ ਬੋਲ ਕੀਮਤ ਹੈ ਦੀ ਕੀਮਤ ਫਾਈਨਲ ਫਾਈਨਲ ਕਰੀ ਫਾਈਨਲ ਫਾਈਨਲ ਪੱਕੀ ਪੱਕੀ ਗੱਲ ਕਰਨੀ 2,35,000 ਰੁਪਈਆ ਬੱਚਾ ਵੀ ਕੋਈ ਨਹੀਂ ਹੈ ਤੇ ਜ਼ਫਰ ਬਈ ਪੱਕੀਆਂ ਪੱਕੀਆਂ ਗੱਲਾਂ ਕਰਨਾ ਵੀ ਦੋਸਤਾਂ ਨੂੰ ਲੈਣ ਦੇ ਜੋਤੀ ਦਾ ਵੇਖ ਹਰ ਮਨਜ਼ੂਰ ਕੱਦ ਬਹੁਤ ਵੇਖ ਜੋਤੀ ਨੂੰ ਜੇ ਬੱਚਾ ਆਂਦਾ ਤੇ ਵੀ 100 ਰੁਪਈਆਂ ਦੀ ਆਏ ਚਲੋ ਅੱਲਾ ਪਾਕ ਨਸੀਬ ਜੱਜ ਕਰੇ ਕੋ ਪਿਆਰ ਮੁਹੱਬਤ ਕਰਕੇ ਫਾਈਨਲ ਦੀ ਗੱਲ ਕਰ ਬਿੰਨੇ ਦੀ ਦੇ ਛੜਨੀ ਹੈ ਇਹ ਆਪਾਂ ਦੋਸਤਰੀਆਂ ਦੀ ਦੇ ਛੜਦਾ 2,30,000 ਦੇ ਕੋ ਮਜ਼ੀਦ ਆਇਆ ਦੋਸਤਾਂ ਦੇ ਨਾਲ ਦੋਸਤਾਂ ਦੇ ਖਾਦਰ ਯਾ ਕਰ ਮਾੜੀ ਮੋਟੀ ਹੋ ਜਾਸੀ ਜਿੰਨਾ ਕਿ ਹੋ ਸਕੇ ਜੀ ਅੱਗੇ ਦਿਖਾਓ ਤੀਜੇ ਨੰਬਰ ਤੇ ਹਾਂਜੀ ਤੀਸਰੇ ਨੰਬਰ ਤੇ ਅਗੋਂ ਦਿਖਾ ਰਹੇ ਜੀ ਜਾਨਵਰ ਦੇ ਸਭ ਤੀਸਰੇ ਸੂਏ ਜੀ ਮੱਦ ਮਰਜ਼ੂਰ ਲੈਂਦਰ ਕਿਸਮਤ ਦੀ ਗੱਲ ਮੈਨੂੰ ਥਾਨ ਵੇਖ ਲਾ ਜੀ ਮਦਾਨ ਵੇਖ ਲਾ ਜੀ ਲੈਂਦਰ ਕਿਸਮਤ ਬਰਾ ਦੀ ਗੱਲ ਸਹੀ ਹੋ ਗਿਆ ਸੂਣ ਵਾਲੀ ਹੈ ਜੀ ਇਹ ਸੂਣ ਵਾਲੀ ਭਾਈ ਕਿੰਨੇ ਕ ਦਿਨ ਲੈਂਦੀ ਹੈ ਦਿਨ ਲੈ ਜਾਵੇ 2 ਲੈ ਜਾਵੇ 4 ਲੈ ਜਾਵੇ ਰੱਖ ਨੂੰ ਹੁਣ ਕਮੀ ਤੇ ਠੁਕਾਈ ਨਹੀਂ ਮਤਲਬ ਤਿਆਰ ਹੈ ਦੂਏ ਨੰਬਰ ਤੇ ਦੂਏ ਬੰਦੇ ਆਂਦਾ ਮਾਸ਼ਾਅੱਲਾ ਬਿਲਕੁਲ ਤਗੜੇ ਦੰਦ ਤੇ ਨਾ ਨਾ ਅੱਲਾ ਮਾਫੀ ਦੇ ਸੀਲ ਸ਼ਰਾਫ ਹੈ ਲਵੀ ਮਾਜਾ ਤੀਸਰਾ ਸੂਆ ਉਹਨੇ ਸੂਣਾ ਬਹੁ ਤੀਸਰਾ ਵਾਰਾ ਸੂਣਾ ਤੇ ਦਿਨ ਲੈ ਜਾਵੇ 2-3 ਦਿਨ ਮਤਲਬ ਅੱਜ ਕਿ 8 ਮਾਹ ਦਮਾ ਲਾ ਲਾਈ ਬਦੀ ਤਿਆਰ ਹੈ ਸੂਣ ਨੂੰ ਦੀ ਗੱਲ ਹੈ ਸੂਣ ਨੂੰ ਤਿਆਰ ਹੈ ਕੋ 2-3 ਦਿਨ ਮਸਾਂ ਹੀ ਲੈਸੀ ਹੁਣ ਤੇ ਬਾਕੀ ਮਾਸ਼ਾਅੱਲਾ ਥਾਨ ਲਿਬਾਸ ਕੱਦ ਬਹੁਤ ਤੁਹਾਡੇ ਸਾਹਮਣੇ ਅੱਜ ਮਿਸਾਲੀ ਮਾਜ ਅੱਲਾ ਯਾਤੀ ਕਰੋ ਨੀਲੀ ਤਰਾ ਵੀ ਕਰਾਸ ਇਲਾਕੇ ਦੀ ਕਰਾਸ ਸਹੀ ਹੋ ਗਿਆ ਦਰਾ ਰਾਵੀ ਦਾ ਬਿਲਕੁਲ ਜਿਹੜਾ ਨਾ ਜਿੱਥੇ ਅਸੀਂ ਵੀਡੀਓ ਮਾਸ਼ਾਅੱਲਾ ਜ਼ਿਆਦਾਤਰ ਦੋਸਤਾਂ ਦੇ ਬਣਾਉਣੇ ਰਾਵੀ ਦਰਿਆ ਦੇ ਕੰਧੇ ਹੀ ਸਮਝ ਲਓ ਅੱਗੇ ਤੱਕ ਤੇ ਦੁੱਧ ਦੇ ਕੀ ਐਵਰੇਜ ਹੈ ਜੀ ਦੁੱਧ ਦੇ ਅੰਦੇ ਐਵਰੇਜ ਮਾਲਕ ਤੇ ਸਿੰਧ ਲਾਂਦਾ ਤਾਂ ਮੂੰਹ ਨੇ ਸੱਜਣ ਦਾ ਪੰਦਾ 17-18 ਗੱਡੀਆਂ ਮਾ ਸਾਡੀ ਦਿੰਦੀ ਰਹੀ ਦੂਸਰੇ ਸੂਏ ਦਾ ਹਾਂ ਦੂਸਰੇ ਸੂਏ ਦਾ ਚਲੋ ਜੇ ਵੈਸੇ ਤਾਂ ਹੁਣ ਵੀ 16-17 ਲੀਟਰ ਦੇ ਛੱਡੇ ਮਾ ਤੇ ਦਿਸਦੀ ਪਈ ਯਾਰ ਸਹੀ ਮਾ ਕੋ ਜਿਹੜਾ ਲਿਬਾਸ ਹੈ ਲਿਬਾਸ ਉਹ ਜੀ ਬੋਲੋ ਕੀਮਤ ਬਾਈ ਜ਼ਫਰ ਦੇ ਕੀਮਤ ਇਹਦੀ ਜਿਹੜੀ ਮਨਜ਼ੂਰ ਹੈ ਨਾ ਜੀ ਇਹਦੀ ਵੀ 2,35,000 ਰੁਪਏ ਫਾਈਨਲ ਆਪਾਂ ਦੇਣੀ ਹੈ ਮੱਝੀ ਅੱਛਾ ਹਾਂ ਐ ਜਈ ਹੋ ਜੇ ਮੱਝੀ ਦੇ ਕਿਹੜੀਆਂ ਰਕਮਾਂ ਨਹੀਂ ਯਕੀਨ ਕਰ ਤੋ ਪਿਆਰ ਮੁਹੱਬਤ ਕਰਕੇ ਇੱਕਾ ਹੀ ਗੱਲ ਫਾਈਨਲ ਦੀ ਕਰ ਜੀ ਬਰੀਕ ਮਾਜ ਖੇਡੀ ਹੈ ਲੈਂਦੇ ਤਾਂ ਕਿਸਮਤ ਦੀ ਗੱਲ ਬੋ ਫਾਈਨਲ ਜੀ ਗੱਲ ਕਰ ਛੜ ਬਿੰਨੇ ਦੀ ਦੋਸਤਾਂ ਨੂੰ ਪਿਆਰ ਮੁਹੱਬਤ ਕਰਕੇ ਦੇਣੀ ਹੈ 2,30,000 ਦੀ ਹੈ ਜੀ 2,30,000 ਦੀ ਹਾਂ ਹਾਂ ਮਜ਼ੀਦ ਕੋ ਗੁੰਜਾਇਸ਼ ਨਹੀਂ ਇਸ ਗੁੰਜਾਇਸ਼ ਕਾਜ ਮਨਜ਼ੂਰ ਹੈ ਇਹ ਵੇਖਣ ਕੋ ਆਇਆ ਗਿਆ ਦੋਸਤਾਂ ਦੀ ਦੀਦ ਜਾ ਕਦਰ ਕਦਰ ਆਇਆ ਉਸ ਠੀਕ ਹੋ ਗਿਆ ਜੀ ਦਿਖਾਓਗੇ ਜੋ ਤੁਹਾਨੂੰ ਮਨਜ਼ੂਰ ਲਾਂ ਦੇਣ ਕਿਸਮਤ ਦੀ ਗੱਲ ਹੈ ਮੱਝ ਦੀ ਹੱਠ ਯਕੀਨ ਕਰ ਵੰਡਾ ਮੜੀਆਂ ਨਹੀਂ ਮਾਸ਼ਾਅੱਲਾ ਜਿਵੇਂ ਕਾ ਕੀਮਤ ਦੇ ਹਿਸਾਬ ਨਾਲ ਤਾਂ ਮੱਝ ਵਾਕਈ ਮਹਿੰਗੀ ਕੋਈ ਨਹੀਂ ਨਹੀਂ ਕੀਤੀ ਨਹੀਂ ਤੇ ਜਿਵੇਂ ਥਾਣ ਲਿਬਾਸ ਮਾਸ਼ਾਅੱਲਾ ਅੱਲਾ ਯਾਤੀ ਕਰ ਬਿਸ ਜੀ ਮਾਸ਼ਾਅੱਲਾ ਨਜ਼ਰ ਆ ਰਿਹਾ ਦੋਸਤੋ ਥਾਣ ਦੇ ਕਿੰਨਾ ਲੱਗਾ ਜੋਟੀ ਜੀ ਅੱਗੇ ਆ ਚੌਥੇ ਨੰਬਰ ਤੇ ਜਾਨਵਰ ਹਾਂਜੀ ਬਈ ਜ਼ਫਰ ਇਹ ਸੂਣ ਵਾਲੀ ਇੱਕ ਸੂਈ ਹੋਈ ਇਹ ਬਾਈ ਜਾਨ ਸੂਈ ਹੈ ਅੱਛਾ ਕੱਲ ਦੀ ਸੂਈ ਹੋਈ ਅੱਛਾ ਬੋਲਾ ਮਨਜ਼ੂਰ ਬਾਈ ਜਾਨ ਹੁਣ ਕੱਢ ਲੈ ਅੱਛਾ ਬੋਲਾ ਕਾੜ ਚੁਆਈ ਹੋ ਗਈ ਹਾਂਜੀ ਹਾਂਜੀ ਬੇਰ ਚੁਆਈ ਹੋ ਗਈ ਸਮਾਜ ਚੁਆਈ ਕਿੰਨੇ ਟਾਈਮ ਹੋ ਗਿਆ ਕਿ ਚੁਆਈ ਤਕਰੀਬਨ 10-20 ਮਿੰਟ ਹੋ ਗਏ ਉਸਨੇ ਅੱਛਾ 10-20 ਮਿੰਟ ਹੋ ਗਏ ਚੁਆਈ ਕੀਤੇ ਨਹੀਂ ਆਪਾਂ ਝੂਠ ਨਹੀਂ ਮਾਨੋ ਮਨਜ਼ੂਰ ਲੈਣ ਦੇ ਤੇ ਕਿਸਮਤ ਦੀ ਗੱਲ ਕਿੰਨਾ ਕੁ ਬੋਲ ਸ਼ਾ ਵੇਖਣ ਕੋਈ ਆ ਵੰਦਾ ਪਿਆ ਮਾਜ ਚੁਈ ਗਈ ਕਿੰਨਾ ਕੁ ਬੋਲਾ ਚੁਆਈ ਕੀਤਾ ਜੀ ਤਕਰੀਬਨ ਇਹਦੇ ਕੋਲ ਬੋਲਾ ਬੋਲਾ ਇਸ ਤੇ 9 ਤੋਂ 10 ਕਿਲੋ ਹੈ ਹਾਜ਼ਰ ਮੌਕੇ ਕਾਜੇ ਦੋ ਦੂਸਰਾ ਦਿਨ ਆਈ ਸੋਈ ਥੱਲੇ ਕੀ ਹੈ ਥੱਲੇ ਕੱਟਾ ਹੈ ਕੱਟਾ ਜੀ ਥੱਲੇ ਬਿਲਕੁਲ ਤਾਜ਼ੀ ਸੂਈ ਹੋਈ ਤੇ ਉਹ ਮਾਜ ਪਿੱਛੇ ਨੂੰ ਮਡਾ ਤੇ ਇਹ ਕਿਹ ਮਨਜ਼ੂਰ ਹੋ ਹਰ ਬੰਦੇ ਦੀ ਆਪੋ ਆਪੀ ਸੋਚ ਹੁੰਦੀ ਆ ਮਾਸ਼ਾਅੱਲਾ ਇਹ ਮਾਜ ਤੀਸਰਾ ਸੂਆ ਸੂਈ ਸਹੀ ਹੋ ਗਿਆ ਤੀਸਰਾ ਵਾਰਾ ਸੂਈ ਹੈ ਦੂਸਰਾ ਦਿਨ ਨੇ ਸੂਈ ਨੂੰ ਥੱਲੇ ਕੱਟਾ ਥੱਲੇ ਕੱਟਾ 10 ਤੋਂ 11 ਕਿਲੋ ਹਾਜ਼ਰ ਮੌਕੇ ਬੋਲਾ ਥਣਾ ਦੀ ਸਾਫ ਹੈ ਅੱਲਾ ਦੇ ਹੁਕਮ ਨਾਲ ਛੱਟੇ ਫਾਰੇ ਤੁਕਲੇ ਯਾਰ ਤੇ ਵੇਖ ਮਾਜ ਨੂੰ ਮਾਸ਼ਾਅੱਲਾ ਵਾਕਈ ਨਜ਼ਰ ਆ ਰਿਹਾ ਅਗਰ ਦੂਸਰਾ ਚੁਆਈ ਨਾ ਹੋਈ ਹੁੰਦੀ ਤੇ ਕੁਝ ਮਾਜ ਤੰਦਸ ਤਾਂ ਪੇ ਮਾਜ ਇੱਥੇ ਦਮਾ ਲਾ ਦਿੰਦੀ ਮਾਜ ਕੋਈ ਸ਼ਾਮ ਖਾਵੇ ਆਈ ਠੀਕ ਹੋ ਗਿਆ ਚੁਆ ਬਿਲਕੁਲ ਨਰਮ ਹੈ ਨਾ ਪੋਲਾ ਚੁਆ ਜਨਾਬ ਬਿਲਕੁਲ ਜੀ ਬਿਲਕੁਲ ਕੀਮਤ ਬੋਲ ਭਈ ਇਹਦੀ ਕੀਮਤ ਇਹਦੀ ਜੀ ਇਹਦੀ 2,50,000 ਰੁਪਏ 2,50,000 ਪੱਕੀ ਪੱਕੀ ਗੱਲ ਫਾਈਨਲ ਦੀ ਫਾਈਨਲ ਜੀ ਇੱਕ ਹੀ 2,45 ਕੋ ਮਾੜੀ ਮੋਟੀ ਆ ਦੇ ਇਹਦੇ ਵਿੱਚ ਮੇਰੇ ਆਖੇ ਤੇ ਦੇ ਵਿੱਚ ਮਨਜ਼ੂਰ ਇਸ ਤੋਂ ਘਟ ਨਹੀਂ ਹੋਣਾ ਕੋਈ ਮਾੜੀ ਮੋਟੀ ਯਕੀਨ ਕਰ ਬਸ ਮੱਝ ਵੇਖ ਮੱਝ ਬੇੜੇ ਜਿਹੜੀ ਮੱਝ ਹੈ ਯਾਰ ਚਲੋ ਕੋਈ ਆਇਆ ਦੋਸਤਾਂ ਦੇ ਨਾਲ ਕੋ ਮਾੜੀ ਮੋਟੀ ਕਦਰ ਆ ਜਾ ਲੇਕਿਨ ਬਹੁ ਬੇਬੇ ਕੀਮਤੀ ਮੱਝ ਉਹ ਨਵਾਂ ਸ਼ਵਾਈ ਨਿਕਾਲ ਦੀ ਸੂਈ ਬਹੁ ਤਾਜ਼ੀ ਬਿਲਕੁਲ ਜੇ ਠੰਡ ਵੀ ਤਕਰੀਬਨ ਬੰਦੇ ਕੋਈ ਆਇਆ ਦੋਸਤਾਂ ਨਾਲ ਮਜ਼ੀਦ ਕਦਰ ਆ ਜਾ ਹੋ ਜਾ ਸਹੀ ਹੋ ਗਿਆ ਜੀ ਆ ਜਾਓ ਜੀ ਤੀਸਰੇ
अगे पंजवें नंबर ते जाए दिखा रहे ना जी ए दी दसो सुई होई है सुहाना ली है ए सुई होई दा अच्छा हां पांच जानवर लगे आप चार याद नहीं रहा जी सही हो ਇਹਦਾ ਬੱਚਾ ਜਿਹੜਾ ਤਾਂ ਦੂਰ ਹੈ ਨਾ ਤਾਂ ਕਰਕੇ ਰੋਲਾ ਪਾਇ ਖਾ ਅੱਛਾ ਕਿੰਨਵਾਂ ਵਾਰਾ ਸੂਈ ਹੋਈ ਹੈ ਜੀ ਇਹ ਦੂਜੇ ਨੇ ਬਹੁ ਦੂਸਰਾ ਸਵਾ ਸੂਈ ਹੋਈ ਹੈ ਨਹੀਂ ਸੂਈ ਹੋਈ ਬਿਲਕੁਲ ਅੱਲਾ ਦੋ ਕਿੰਨੇ ਦਿਨਾਂ ਦੀ ਇਹ ਦੋਨੋਂ ਨੂੰ ਅੱਜ ਤੀਸਰਾ ਦਿਨ ਹੋ ਗਿਆ ਬਸ ਆਹ ਕੱਟੇ ਤਾਂ ਨਾੜੂ ਹੋਵੇ ਦੂਸਰਾ ਵਾਰਾ ਸੂਈ ਹੋਈ ਹੈ ਤੀਸਰਾ ਦਿਨ ਅੱਜ ਸੂਈ ਨੂੰ ਥੱਲੇ ਕੱਟਾ ਹੈ ਹਾਂ ਕਿੰਨਾ ਬੋਲ ਆ ਪੱਕਾ ਜਿਆ ਬੋਲ ਇਹਦੇ ਕੋਲ ਪੱਧਾ ਗੱਡਵੀ ਚਵਾ ਕੇ ਦਿਸਾਂ ਦੋਨਾਂ ਟਾਈਮਾਂ ਦਾ ਚਵਾਈ ਕਰਵਾ ਕੇ ਖਾਣਾ ਦੀ ਸਾਫ ਹੈ ਇਨਸ਼ਾ ਅੱਲਾ ਤਾਲਾ ਛੱਟਾ ਫਾਰਾ ਕੋਈ ਨਾ ਗਿਲਟੀ ਮਰੋੜੀ ਕਿਸੇ ਕਿਸਮ ਦਾ ਕੋਈ ਗਾਰੰਟੀ ਹੋ ਸੀਗੇ ਛੱਡ ਕੇ ਟੋਰੋ ਹਾਂ ਹਲੋ ਬੱਚਾ ਲੈ ਜਾਵਾਂ ਦੋ ਮਿਸਾਲੀਆਂ ਲੈਂਦੇ ਨੇ ਕਿਸਮਾ ਦੀ ਗੱਲ ਛੱਡ ਲੈ ਸ਼ੁਰੂ ਬੱਚਾ ਕਿਹੜਾ ਜੀ ਇਹਦਾ ਆ ਬੱਚਾ ਹੈ ਹੈ ਆ ਬਿਲਕੁਲ ਨਾੜੂ ਦਿਖਾਓ ਸੋਈ ਅੱਲਾ ਦੇ ਹੁਕਮ ਨਾਲ ਆਪਾਂ ਝੂਠ ਨਹੀਂ ਮਾਈ ਦੇ ਬੱਚਾ ਨਾੜੂ ਉਹਨੇ ਨਾਲ ਬੱਚਾ ਸਹੀ ਹੋ ਗਿਆ ਜੀ ਇਹ ਕਿਸੇ ਸ਼ਹਿਰ ਤੇ ਇੱਕ ਪਾਸੇ ਤੁਰਨ ਦੇ ਬੱਚੇ ਲੈ ਜਾਵਾਂ ਦੇ ਬੋਲ ਭਾਈ ਸਫਰ ਕੀਮਤ ਹੈ ਦੀ ਦੋਸਤ ਪੰਜ ਜਾਨਵਰ ਦਿਖਾਉਣ ਜਿਹੜੇ ਦੋਸਤ ਭਾਈ ਨੂੰ ਪਸੰਦ ਆਉਂਦੇ ਨੇ ਰਾਬਤਾ ਕਰਕੇ ਖਰੀਦ ਸਕਦਾ ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ ਅੱਲਾ ਹਾਫਿਜ਼।